संत रणजीत सिंह ਢੱਡਰੀਆਂ ਵਾਲੇ ਦੇ ਮਾਮਲੇ ਤੇ ਸਿੱਖ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਢੱਡਰੀਆਂ ਵਾਲੇ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਕੋਈ ਜ਼ਰੂਰਤ ਨਹੀਂ। ਸਾਬਕਾ ਆਈਏਐਸ ਅਧਿਕਾਰੀ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਤੇ ਰਾਜਨੀਤੀ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਢੱਡਰੀਆਂ ਵਾਲੇ ਤੇ ਅਕਾਲ ਤਖਤ ਆਪੋ ਆਪਣੀ ਕਮੇਟੀ ਬਣਾ ਕੇ ਇੱਕ ਦੂਜੇ ਤੋਂ ਸਵਾਲ ਪੁੱਛ ਸਕਦੇ ਹਨ। ਇਹ ਸਾਰਾ ਵਿਵਾਦ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦਾ ਖੜਾ ਕੀਤਾ ਹੈ ਤੇ ਉਹਨਾਂ ਕਿਹਾ ਕਿ ਇਹ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾਵੇ। ਇਸ ਮਾਮਲੇ ਸੰਬੰਧੀ ਸਿੱਖ ਚਿੰਤਕ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਗੁਰਬਾਣੀ ਨੂੰ ਢੱਡਰੀਆਂ ਵਾਲੇ ਵੱਲੋਂ ਵਿਗਿਆਨਿਕ ਢੰਗ ਨਾਲ ਪੇਸ਼ ਕਰਨ ਤੇ ਦਮਦਮੀ ਟਕਸਾਲ ਵੱਲੋਂ ਇਸ ਦਾ ਵਿਰੋਧ ਕਰਨ ਦਾ ਹੈ। ਇਸ ਸੰਬੰਧੀ ਕੇਂਦਰੀ ਸ਼੍ਰੀ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਕਹਿੰਦੇ ਹਨ ਕਿ ਢੱਡਰੀਆਂ ਵਾਲੇ ਦਮਦਮੀ ਟਕਸਾਲ ਇਸ ਮਾਮਲੇ ਤੇ ਗਲਤ ਰਾਹ ਤੇ ਤੁਰੇ ਹੋਏ ਹਨ। ਦੋਨਾਂ ਨੂੰ ਮਾਮਲਾ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਸਿੱਖ ਸਿਆਸਤ, ਖਾਸ ਕਰ ਸਿੱਖ ਧਾਰਮਿਕ ਸਿਆਸਤ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਮਦਮੀ ਟਕਸਾਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਰਣਜੀਤ ਸਿੰਘ ਢੱਡਰੀਆਂ ਨੂੰ ਤਲਬ ਕੀਤੇ ਜਾਣ ਦਾ ਮੁੱਦਾ ਬੇਹੱਦ ਗਰਮਾਇਆ ਹੋਇਆ ਹੈ। ਸਿੱਖ ਬੁੱਧੀਜੀਵੀ ਇਸ 'ਤੇ ਕੀ ਰਾਏ ਰੱਖਦੇ ਹਨ? ਆਓ ਅਸੀਂ ਗੱਲ ਕਰਦੇ ਹਾਂ ਸਿੱਖ ਬੁੱਧੀਜੀਵੀ ਸਰਦਾਰ ਜਸਪਾਲ ਸਿੰਘ ਜੀ ਨਾਲ। ਜਸਪਾਲ ਸਿੰਘ ਜੀ, ਅੱਜ ਇੱਥੇ ਕੇਂਦਰੀ ਗੁਰੂ ਸਿੰਘ ਸਭਾ ਵਿਖੇ ਪ੍ਰੈਸ ਕਾਨਫਰੰਸ ਵੀ ਹੋਈ ਹੈ ਇਸ ਗੰਭੀਰ ਮਸਲੇ 'ਤੇ, ਤੁਸੀਂ ਕੀ ਮਤ ਰੱਖਦੇ ਹੋ, ਕੀ ਇਹ ਮਸਲਾ ਅਤੇ ਕਿੱਦਾਂ ਦਾ ਹੱਲ ਹੋ ਸਕਦਾ? ਦੇਖੋ, ਸਾਡਾ ਬਿਲਕੁਲ ਇਹ ਮਤ ਹੈ, ਸਾਡੀ ਬਿਲਕੁਲ ਕਲੀਅਰ, ਅਸੀਂ ਇਸ ਗੱਲ 'ਤੇ ਸਪਸ਼ਟ ਹੈ ਵੀ ਇਸ ਕਿਸਮ ਦੀ ਜਿਹੜੀ ਲੜਾਈ ਉਹਨਾਂ ਦੋ ਗਰੁੱਪਾਂ 'ਚ ਸ਼ੁਰੂ ਹੋਈ ਹੈ ਉਹ ਨਹੀਂ ਹੋਣੀ ਚਾਹੀਦੀ। ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਦੇ ਵਿੱਚ ਤੁਸੀਂ ਫਰਕ ਰੱਖ ਸਕਦੇ ਹੋ ਇੱਕ ਦੂਜੇ ਨਾਲ, ਪਰ ਇਸ ਲੈਵਲ ਤੱਕ ਨਾ ਰੱਖੋ ਵੀ ਇੱਕ ਦੂਜੇ ਨੂੰ ਗਾਲੀ ਗਲੋਚ ਕਰਕੇ ਅਤੇ ਲੜਾਈਆਂ ਅਤੇ ਮਾਰ ਮਰਾਈ ਤੱਕ ਪਹੁੰਚ ਜਾਓ, ਅਤੇ ਫਿਰ ਇਹ ਕੋਸ਼ਿਸ਼ ਕਰੋ ਵੀ ਇਸ ਗੁਰਦੁਆਰੇ ਵਾਲੇ ਨੂੰ ਕਹੋ ਵੀ ਉਹ ਰੈਜੋਲਿਊਸ਼ਨ ਪਵੇ, ਫਲਾਨੇ ਨੂੰ ਨਾ ਸੱਦੇ, ਦੂਜਾ ਗੁਰਦੁਆਰੇ ਵਾਲਾ ਦੂਜੇ ਨੂੰ ਨਾ ਸੱਦੇ, ਜਾਂ ਇੱਕ ਦੂਜੇ ਦੀਆਂ ਪੱਗਾਂ ਲਾ ਦਿੱਤੀਆਂ ਜਾਣ, ਜਾਂ ਇੱਕ ਦੂਜੇ 'ਤੇ ਕਤਲ ਕਰ ਦਿੱਤੇ ਜਾਣ। ਇਹਦੇ ਨਾਲ ਸਿੱਖ ਜਿਹੜੇ ਬਹੁਤ ਜ਼ਿਆਦਾ ਕਨਫਿਊਜ਼ਡ ਹੈ ਅਤੇ ਲੋਕਾਂ ਦਾ ਬਹੁਤ ਜ਼ਿਆਦਾ ਇਸ ਗੱਲ ਉੱਤੇ ਦੁੱਖ ਅਤੇ ਦਰਦ ਹੈ। ਆਮ ਬੰਦੇ ਨੂੰ, ਆਮ ਸਿੱਖ ਨੂੰ ਸਮਝ ਨਹੀਂ ਆਉਂਦੀ ਵੀ ਕੌਣ ਠੀਕ ਹੈ ਕੌਣ ਗਲਤ ਹੈ। ਅਸੀਂ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਵੀ ਦੋਨੋਂ ਹੀ ਸਾਈਡਾਂ ਆਪਣੀ ਲਿਮਿਟ ਤੋਂ ਕਰੋਸ ਕਰ ਰਹੀਆਂ। ਪਹਿਲੀ ਗੱਲ ਤਾਂ ਇਹ ਜਿਹੜੀ ਰਣਜੀਤ ਸਿੰਘ ਢੱਡਰੀਆਂ ਵਾਲੇ ਕਰ ਰਹੇ ਆ, ਉਹ ਤਰਕ ਨੂੰ ਇਸ ਲੈਵਲ ਤੱਕ ਨਾ ਖਿੱਚਣ, ਇਸ ਲੈਵਲ ਤੱਕ ਅੱਗੇ ਨਾ ਲੈ ਕੇ ਜਾਣ ਤਰਕ ਨੂੰ, ਵੀ ਉਹ ਤਰਕ ਹੀ ਜਾ ਕੇ ਫੇਥ ਵਿੱਚ, ਆਸਥਾ ਵਿੱਚ, ਵਿਸ਼ਵਾਸ ਵਿੱਚ ਕੋਈ ਇਸ ਕਿਸਮ ਦਾ ਖਲਲ ਪਾ ਦੇ, ਇਸ ਕਿਸਮ ਦਾ ਕੋਈ ਨੁਕਸਾਨ ਖੜਾ ਕਰ ਦੇ ਵੀ ਲੋਕਾਂ ਨੂੰ ਇਹ ਲੱਗੇ ਅਤੇ ਇਹ ਬੰਦਾ ਇਸ ਲੈਵਲ ਤੱਕ ਨਹੀਂ ਜਾਣਾ ਚਾਹੀਦਾ। ਕਿਉਂਕਿ ਜਿਹੜਾ ਧਰਮ ਦਾ ਖੇਤਰ ਹੈ, ਧਰਮ ਦਾ ਖੇਤਰ ਇੱਕ ਬੜਾ ਸੈਂਸਿਟਿਵ ਖੇਤਰ ਹੈ, ਆਸਥਾ ਦਾ ਖੇਤਰ ਹੈ, ਉਹਦੀ ਜਿਹੜੀ ਵਿਆਖਿਆ ਉਹ ਨਾ ਰੀਜਨ ਨਾ ਤਰਕ 'ਤੇ, ਤਰਕ ਦੀ ਕਸਵੱਟੀ 'ਤੇ ਕੀਤੀ ਨਹੀਂ ਜਾ ਸਕਦੀ। ਦੋ ਗੱਲਾਂ ਜਿਹਦੇ 'ਚ ਮਾਰਕਸਵਾਦ ਵੀ ਨਹੀਂ ਕਰ ਸਕਿਆ, ਮਾਰਕਸ ਵੀ ਨਹੀਂ ਕਰ ਸਕਿਆ, ਉਹ ਦੋ ਗੱਲਾਂ, ਇੱਕ ਹੁੰਦਾ ਡੈਥ ਫੀਅਰ ਤੁਹਾਡਾ, ਡਰ ਅਤੇ ਲਵ, ਅਤੇ ਇਹੋ ਜਿਹੜੇ ਫਾਈਨਰ ਸੈਂਟੀਮੈਂਟਸ ਹੁੰਦੇ ਆ ਉਹਨਾਂ ਨੂੰ ਮਟੀਰੀਅਲ ਮੈਟਰ ਰਾਹੀਂ ਇਸ ਕਿਸਮ ਦਾ ਇਹ ਵਿਆਖਿਆ ਨਹੀਂ ਹੋ ਸਕਦੀ। ਇੱਕ ਦੂਜੀ ਗੱਲ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ, ਇਸ ਕਰਕੇ ਸਾਨੂੰ ਪੂਰਾ ਬਿਲਕੁਲ ਇਸ ਗੱਲ 'ਤੇ ਜ਼ੋਰ ਨਾ ਕਹਿਣਾ ਚਾਹੁੰਦੇ ਹਾਂ ਵੀ ਸਿੱਖ ਧਰਮ ਨੂੰ ਸੈਂਟੀਫਿਕ ਨਾ ਕਹੋ, ਸਿੱਖ ਰਿਲੀਜਨ। ਇਹ ਸੈਂਟੀਫਿਕ ਗੱਲ ਜਿੱਥੇ ਸਾਇੰਸ ਆ ਗਈ, ਸਾਇੰਸ ਇੱਕ ਨੈਚੁਰਲ ਸਾਇੰਸ ਹੈ, ਨੈਚੁਰਲ ਸਾਇੰਸ ਹੈ ਜਿਹੜੀ ਉਹ ਨੇਚਰ ਦੇ ਬਾਰੇ ਹੀ ਉਹ ਸਾਰੀ ਖੋਜ ਕਰਦੀ ਹੈ। ਇਹ ਜਿਹੜਾ ਮਸਲਾ ਹੈ ਪੂਰੇ ਬ੍ਰਹਿਮੰਡ ਦਾ ਮਸਲਾ, ਬ੍ਰਹਿਮੰਡ ਬਹੁਤ ਵੱਡਾ ਹੈ, ਸਾਇੰਸ ਨੇ ਹਜੇ ਤੱਕ 2-4% ਤੱਕ ਦਾ ਹੀ ਖੋਜ ਕੀਤੀ ਹੈ। ਬ੍ਰਹਿਮੰਡ ਦੇ ਵਿੱਚ ਜਿਹੜਾ ਬਹੁਤ ਵੱਡਾ ਰਹੱਸ ਹੈ, ਬਹੁਤ ਵੱਡਾ ਹੋਰ ਖੇਤਰ ਪਿਆ, ਉਹਦੇ ਬਾਰੇ ਸਾਇੰਸ ਨੂੰ ਅਜੇ ਨਹੀਂ ਪਤਾ। ਬਾਕੀ ਸਾਇੰਸ ਬਾਰੇ ਬਿਲਕੁਲ ਕਲੀਅਰ ਹੋ ਜਾਣਾ ਚਾਹੀਦਾ ਵੀ ਸਾਇੰਸ ਗਲਤੀਆਂ ਵੀ ਕਰਦੀ ਹੈ ਅਤੇ ਮੰਨ ਵੀ ਜਾਂਦੀ ਹੈ ਅਤੇ ਉਹ ਫਿਰ ਇਸ ਨੂੰ ਦੁਹਰਾਉਂਦੀ ਵੀ ਹੈ। ਇਹ ਗੱਲ ਧਰਮ ਦੇ ਖੇਤਰ 'ਚ ਨਹੀਂ ਹੋ ਸਕਦੀ। ਜੇ ਇੱਕ ਵਾਰੀ ਕਿਸੇ ਧਰਮ ਤੋਂ ਵਿਸ਼ਵਾਸ ਟੁੱਟ ਜੇ, ਉਸ 'ਤੇ ਵਿਸ਼ਵਾਸ ਕਿਸੇ ਦਾ ਬਚ ਨਹੀਂ ਸਕਦਾ। ਇਸ ਕਰਕੇ ਇਹ ਸਾਨੂੰ ਨਾ ਅਸੀਂ ਸਿੱਖ ਸਾਇੰਟੀਫਿਕ ਕਹੀਏ ਗੁਰਬਾਣੀ ਨੂੰ, ਗੁਰਬਾਣੀ ਇੱਕ ਅਸੀਂ ਰੈਵੀਲੇਸ਼ਨ ਮੰਨਦੇ ਹਾਂ, ਇੱਕ ਪਰਮਾਤਮਾ ਨੇ ਰਿਵੀਲ ਕੀਤਾ। ਉਹਨਾਂ ਨੇ ਜੈਸੀ ਆਈ ਖਸਮ ਕੀ ਬਾਣੀ ਤੈਸੀ ਕਰੋ ਬਿਆਨ, ਤੈਸੀ ਕਰੀ ਬਿਆਨ ਵੇ ਲਾ ਲਓ, ਇਹ ਉਸ ਕਿਸਮ ਦੀ ਬਾਣੀ ਹੈ, ਉੱਪਰ ਤੋਂ ਇਹ ਇਲਹਾਮ ਹੈ, ਇਹ ਰੈਵੀਲੇਸ਼ਨ ਹੈ, ਇਲਹਾਮ ਹੈ। ਇਸ ਕਰਕੇ ਇਹਦੇ ਵਿੱਚ ਸਾਇੰਸ ਸਾਇੰਟੀਫਿਕ ਅਤੇ ਤਰਕ ਨੂੰ ਲਿਆਉਣਾ ਗਲਤ ਹੈ। ਤਰਕ ਵਾਲਾ ਬੰਦਾ ਕੁਰਬਾਨੀ ਉਸ ਤਰੀਕੇ ਦੀ ਨਹੀਂ ਕਰ ਸਕਦਾ। ਕੁਰਬਾਨੀਆਂ ਕੀਤੀਆਂ ਬੰਦੇ ਨੇ ਧਰਮ ਦੇ ਨਾਂ ਉੱਤੇ, ਇਸ ਕਰਕੇ ਇਹ ਸੈਂਟੀਮੈਂਟ ਬੜੇ ਹਾਇਰ ਅਤੇ ਫਾਈਨਰ ਸੈਂਟੀਮੈਂਟ ਹੁੰਦੇ ਆ, ਉਹਨਾਂ ਵਿੱਚ ਇਹ ਨਹੀਂ ਕਰਨਾ ਚਾਹੀਦੇ। ਦੂਜੇ ਪਾਸੇ ਜਿਹੜਾ ਖਾਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਟਕਸਾਲ ਵਾਲਿਆਂ ਨੂੰ ਅਤੇ ਇਹਨਾਂ ਸਾਰੇ ਲੋਕਾਂ ਨੂੰ ਜਿਹੜੇ ਸੰਪਰਦਾਵਾਂ ਦੇ ਰਾਹੀਂ ਸਿੱਖੇ ਹੈ ਅਤੇ ਪਰੰਪਰਾ ਨੂੰ ਜ਼ਿਆਦਾ ਜ਼ੋਰ ਦਿੰਦੇ ਆ, ਪਰੰਪਰਾ ਜਿਹੜੀ ਉਹ ਵਹਿਮਾਂ ਭਰਮਾਂ ਤੱਕ, ਸੁਪਰਸਟੀਸ਼ਨ ਤੱਕ ਪਹੁੰਚਾਤੀ ਉਹਨਾਂ ਨੇ, ਉਹ ਵੀ ਗਲਤ ਹੈ ਆਪਣੇ ਆਪ ਵਿੱਚ।
अपने आप में गलत है, वह परंपरा जितों तक फड़ी रखे है फड़ के बैठे है। अज की नवी जनरेशन उस परंपरा ठीक नहीं समझती, उन्होंने माइंड नहीं, वो सिखा की नवी जनरेशन दौड़ रहे है, भजा रहे हैं उन्होंने, इस करके वह भी गलत कर रहे हैं। पर दोनों गल एक गल होर भी गलत कर रहे हैं, वो स्टेट पावर की मदद लेके दूजे ग्रुप को दबाने की जी कोशिश है वह अपने गलत है। स्टेट पावर नहीं वरतनी चाहिए, यह इस किस्म के जोड़े काम है वह नहीं होने चाहिए। बचाले कोई किसी किस्म की इंटलैक्चुअल की कमेटी बना जा कोई होर तरीका सौ तरीके निकल सकते जे तुसी समझौता करना चाहते हो, तो इस करके सारे सिख पंथ नूं खराब ना करन। इस धर्म के बिच शिया ते सुन्निया की लड़ाई जी आपस बीजती है, कतलेआम होई जांदा, कोई रिजाल्व नहीं हुंदा। एक हद तो गाह जाके तुहाडे मसले रिजाल्व नहीं होने, तुसी सिख पंथ नूं दो ग्रुपां विच वंड के पंथ का वड्डा नुकसान ना करो। पंथ अपने आप छोटा है और धर्म साडा बिल्कुल नवा धर्म है, 200-400-500 साल का, ये कोई ऐसी गल नहीं जी कि जिदा कोई समाधान नहीं जां जिहदी व्याख्या नहीं हो सकती। इस करके साडी सारयां नूं अपील है, दोनों धिरां नूं अपील है भी वो इस किस्म दी गलबात तो वह गुरेज करन, संकोच करन, ते ये लड़ाई नूं अगे ना वधाउण। ਇਹ ਸਨ ਸਾਡੇ ਨਾਲ ਸਿੱਖ ਬੁੱਧੀਜੀਵੀ ਸਰਦਾਰ ਜਸਪਾਲ ਸਿੰਘ ਜੀ ਨੇ, ਬਿਨਾਂ ਨੇ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਦੋਨੋਂ ਜਿਹੜੀ ਧਿਰਾਂ ਹੈਗੀਆਂ ਨੇ ਇੱਕ ਹੱਦ ਵਿੱਚ ਰਹਿ ਕੇ ਅਤੇ ਸਿੱਖ ਕੌਮ ਨੂੰ ਕੌਮ ਨੂੰ ਭਾਵਨਾਵਾਂ ਦੇ ਵਹਿਣ ਵਿੱਚ ਨਾ ਵਹਾਉਣ ਅਤੇ ਇੱਕ ਹੱਦ ਵਿੱਚ ਰਹਿ ਕੇ ਇਸਦਾ ਹੱਲ ਲੱਭਣ, ਧਰਮ ਨੂੰ ਕੌਮ ਨੂੰ ਇਸ ਨਾਂ 'ਤੇ ਜਜ਼ਬਾਤੀ ਕਰਨ ਦੀ ਕੋਈ ਲੋੜ ਨਹੀਂ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਲਲਿਤ ਪਾਂਡੇ ਦੇ ਨਾਲ ਬਲਜੀਤ ਮਰਵਾਹਾ, ਵਰਲਡ ਪੰਜਾਬੀ, ਚੰਡੀਗੜ੍ਹ। ਦੁਨੀਆ ਦੀ ਸਿਆਸਤ ਵਿੱਚ ਅੱਜ ਕੱਲ੍ਹ ਬੇਹੱਦ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਭਾਈ ਰਣਜੀਤ ਸਿੰਘ ਟੱਡਰੀਆਂ ਵਾਲੇ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦਾ ਵਿਵਾਦ, ਜਿਸ ਦੇ ਵਿੱਚ ਕਿ ਤੀਜੀ ਧਿਰ ਦੇ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਇਨਵੋਲਵ ਹੋ ਗਿਆ ਹੈ। ਸਿੱਖ ਬੁੱਧੀਜੀਵੀ ਬੜੇ ਚਿੰਤਾ ਤੁਰ ਹਨ ਇਸ ਮਸਲੇ 'ਤੇ ਲੈ ਕੇ, ਅਤੇ ਸਾਡੇ ਨਾਲ ਮੌਜੂਦ ਹਨ ਸਰਦਾਰ ਖੁਸ਼ਹਾਲ ਸਿੰਘ ਜੀ, ਜੋ ਕਿ ਕੇਂਦਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ। ਬਤੌਰ ਸਿੱਖ ਬੁੱਧੀਜੀਵੀ ਉਹ ਕੀ ਸੋਚਦੇ ਹਨ, ਕੀ ਇਹ ਮਸਲਾ ਹੈ ਅਤੇ ਕੀ ਇਹਦਾ ਹੱਲ ਹੈ, ਆਓ ਆਪਾਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਸਰਦਾਰ ਖੁਸ਼ਹਾਲ ਸਿੰਘ ਜੀ, ਜਿਹੜਾ ਇਹ ਮਸਲਾ ਹੈਗਾ, ਅੱਜ ਇੱਥੇ ਪ੍ਰੈਸ ਕਾਨਫਰੰਸ ਵੀ ਹੋਈ ਹੈ ਜਿਸ 'ਚ ਕਈ ਗੰਭੀਰ ਚਰਚਾਵਾਂ ਵੀ ਹੋਈਆਂ ਨੇ, ਕੀ ਸੋਚਦੇ ਹੋ, ਕੀ ਮਸਲਾ ਅਤੇ ਕੀ ਦਾ ਰੂਪ ਸੀ ਅਤੇ ਕੀ ਰੰਗਤ ਦੇ ਦਿੱਤੀ ਗਈ? ਅਸਲ 'ਚ ਜਿਹੜਾ ਮਸਲਾ ਹੈਗਾ ਗੁਰਬਾਣੀ ਦੀ ਅਤੇ ਇਤਿਹਾਸ ਦੀ ਇੰਟਰਪ੍ਰੀਟੇਸ਼ਨ ਦਾ ਮਸਲਾ ਹੈ। ਤੋ ਇਹਦੇ ਵਿੱਚ ਦੋਨੇ ਧਿਰਾਂ ਜਿਹੜੀਆਂ ਨੇ ਉਹ ਗਲਤ ਟਰੈਕ 'ਤੇ ਚੜੀਆਂ ਹੋਈਆਂ ਨੇ। ਇੱਕ ਧਿਰ ਹੈ ਉਹ ਪਰੰਪਰਾ ਦਾ ਸਹਾਰਾ ਲੈ ਕੇ, ਅਤੇ ਪਲੱਸ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਅਕਾਲ ਤਖਤ ਉਹਨਾਂ ਦਾ ਪ੍ਰਯੋਗ ਕਰਕੇ ਦੂਜੀ ਧਿਰ ਨੂੰ ਜਿਹੜੀ ਆ ਠਿੱਠ ਕਰਨਾ ਚਾਹੁੰਦੀਆਂ ਨੇ। ਦੂਸਰੀ ਧਿਰ ਜਿਹੜੀ ਹੈ ਉਹ ਹਿਸਟੋਗ੍ਰਾਫੀ ਦੀ ਜਾਂ ਹਿਸਟਰੀ ਦੀ ਜਾਂ ਉਸ ਤਰ੍ਹਾਂ ਜਿਹੜੀਆਂ ਨੇ ਉਹਨਾਂ ਦੀ ਉਹਨਾਂ ਕੋਲ ਅਕੈਡਮਿਕ ਜਾਂ ਉਸ ਤਰ੍ਹਾਂ ਦੀ ਕੋਈ ਜਿਹੜੀ ਸਿੱਖਿਆ ਨਹੀਂ ਹੈਗੀ, ਉਹ ਉਸ ਨੂੰ ਜਿਹੜੀ ਉੱਪਰਲੀ ਤਹਿ ਆ ਉਹ ਤਰਕ ਦੇ ਆਧਾਰ 'ਤੇ ਜਾਂ ਜਿਹੜੇ ਸਾਡੇ ਆਮ ਚੱਲ ਰਹੇ ਹੈਗੇ ਆ ਉਹਨਾਂ ਦੇ ਆਧਾਰ 'ਤੇ ਜਿਹੜੇ ਆ ਉਹਦੇ ਵਿਆਖਿਆ ਕਰਦੇ ਆ। ਜਿਹੜੀਆਂ ਸਾਨੂੰ ਲੱਗਦਾ ਕਿ ਦੋਨੇ ਧਿਰਾਂ ਦੇ ਵਿੱਚ ਵੱਡੀਆਂ ਜਿਹੜੀਆਂ ਕਮਜ਼ੋਰੀਆਂ ਨੇ, ਗਲਤੀਆਂ ਨੇ, ਅਤੇ ਇਹਦੇ ਵਿੱਚ ਸਿਰਦਤਾ ਨਹੀਂ ਹੈਗੀ। ਕਾਫੀ ਇਹਦੇ ਵਿੱਚ ਆਪਣੇ ਉਹਨਾਂ ਦੇ ਇੰਟਰਸਟ ਵੀ ਹੈਗੇ ਆ, ਖਾਸ ਕਰਕੇ ਉਹ ਧਿਰਾਂ ਜਿਹੜੀਆਂ ਪਰੰਪਰਾ ਦਾ ਸਹਾਰਾ ਲੈ ਰਹੀਆਂ ਨੇ, ਉਹਨਾਂ ਦੇ ਵਿੱਚ ਦਮਦਮੀ ਟਕਸਾਲ ਨਾਲ ਸੰਬੰਧਿਤ ਲੋਕ ਨੇ, ਅਤੇ ਉਹ ਅਕਾਲ ਤਖਤ ਦੀ ਰਹਿਤ ਮਰਿਆਦਾ ਅਕਾਲ ਤਖਤ ਦੀ ਗੱਲ ਕਰਦੇ ਆ, ਲੇਕਿਨ ਆਪ ਉਹਨਾਂ ਨੇ ਕਦੀ ਰਹਿਤ ਮਰਿਆਦਾ ਦੀ ਪਰਵਾਹ ਵੀ ਨਹੀਂ ਕੀਤੀ, ਅਤੇ 50 ਸਾਲਾਂ ਤੋਂ ਕਦੀ ਵੀ ਉਹਨਾਂ ਧਿਰਾਂ ਨੇ ਰਹਿਤ ਮਰਿਆਦਾ ਨਹੀਂ ਆਪ ਨਹੀਂ ਲਾਗੂ ਕੀਤੀ, ਔਰ ਉਹ ਜਿਹੜਾ ਉਹ ਦੂਸਰੀ ਧਿਰ ਤੋਂ ਮੰਗ ਕਰਦੀਏ। ਔਰ ਦੂਜਾ ਕਿ ਸਿੱਖ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਨਾ ਪਰੰਪਰਾ ਆ ਨਾ ਕੋਈ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਸਾਡੇ ਵਿਵਾਦ ਤਾਂ ਜਿਹੜੇ ਬਹੁਤ ਪੁਰਾਣੇ ਸਿੱਖਾਂ ਦੇ ਜਿਹੜਾ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਰਹੇ ਆ। ਕੋਈ ਵਕਤ ਐਵੇਂ ਦਾ ਟਾਈਮ ਨਹੀਂ ਆਇਆ ਕਿ ਸਿੱਖਾਂ ਦੇ ਵਿੱਚ ਕੋਈ ਵਿਵਾਦ ਨਾ ਹੋਇਆ ਹੋਵੇ, ਗੁਰਬਾਣੀ ਨੂੰ ਲੈ ਕੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨੂੰ ਲੈ ਕੇ ਬੜੀ ਥਾਂ 'ਤੇ ਮਤਭੇਦ ਰਹੇ ਸਿੱਖਾਂ ਦੇ ਵਿੱਚ, ਪਰ ਇਹ ਕਦੀ ਮੌਕਾ ਨਹੀਂ ਆਇਆ ਕਿ ਧਿਰ ਦੂਜੀ ਧਿਰ ਨੂੰ 'ਤੇ ਪਾਬੰਦੀ ਲਾਵੇ ਕਿ ਜਿਹੜਾ ਉਹ ਧਰਮ ਪ੍ਰਚਾਰ ਨਹੀਂ ਕਰ ਸਕਦਾ। ਅਤੇ ਜੇਕਰ ਪੰਜਾਬ ਦੇ ਵਿੱਚ ਨਿਰੰਕਾਰੀਆਂ ਦੇ ਜਾਂ ਨਾਮਧਾਰੀਆਂ ਦੇ ਜਿਨ੍ਹਾਂ ਦੇ ਪੰਥ 'ਚ ਏਡੇ ਵੱਡੇ ਵਿਵਾਦ ਨੇ ਕਿ ਉਹ 14ਵੇਂ 15ਵੇਂ ਗੁਰੂ ਨੂੰ ਮੰਨਦੇ ਆ, ਅਤੇ ਉਹ ਉੱਥੇ ਉਹ ਲੱਗ ਸਕਦੇ ਆ, ਰਾਧਾ ਸਵਾਮੀਆਂ ਦੇ ਹੋ ਸਕਦੇ ਆ, ਅਤੇ ਢੱਡਰੀਆਂ ਵਾਲਾ ਆਪਣੇ ਦੀਵਾਨ ਕਿਉਂ ਨਹੀਂ ਲਾ ਸਕਦਾ? ਅਤੇ ਉਹਦਾ ਜਿਹੜਾ ਹੱਲ ਹੈ ਉਹ ਸਾਨੂੰ ਕੱਢਣਾ ਚਾਹੀਦਾ ਹੈਗਾ ਆ। ਅਤੇ ਗੱਲਬਾਤ ਰਾਹੀਂ ਜਥੇਦਾਰ ਸਾਹਿਬ ਨੇ ਅੱਜ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸਾਨੂੰ ਸਿਧਾਂਤ ਦਿੱਤਾ ਹੈ, ਜਬ ਲੱਗ ਦੁਨੀਆ ਰਹੀ ਹੈ ਕਿਛ ਸੁਣੀਆ ਕਿਛ ਕਹੀ ਹੈ, ਉਹ ਤਾਂ ਹਰ ਇੱਕ ਜਿਹੜੇ ਉਹਨਾਂ ਦੇ ਵਿਚਾਰਧਾਰਾ ਦੇ ਲੋਕ ਵੀ ਨਹੀਂ ਸੀਗੇ, ਸਿੱਧ ਸੀ, ਯੋਗੀ ਸੀ,
काजी सी उन्हां सारयां नाल विवाद करदे सीगे, उन्हां नाल विचार गोष्ठियां करदे सी, ते उत्थों उन्हां ने अपनी जिहड़ी जिते जे झंडे वी जिहड़े आ उह गड्डे आ। लेकिन इत्थे जिहड़े आ इक धिर आ गुरबाणी दी व्याख्या नूं उह विज्ञानिक कह के जिहड़े आ उह सिक्खां दे फेत नूं तोड़न दा यतन कर रही आ, जिहड़ियां जिहड़े धार्मिक सेंटीमेंट ने विश्वास ने उह प्यार हो गया, ਉਹ ਹੋਰ ਜਿਹੜੇ ਇਸ ਤਰ੍ਹਾਂ ਦੇ ਇਸ਼ੂ ਨੇ ਡੈਥ ਦਾ ਹੈਗਾ ਆ, ਜਨਮ ਦਾ, ਖੁਸ਼ੀ ਦਾ, ਇਹਨਾਂ ਨੂੰ ਤੁਸੀਂ ਤਰਕ 'ਤੇ ਨਹੀਂ ਤੋੜ ਸਕਦੇ, ਇਹ ਬੰਦਾ ਜਿਹੜਾ ਮੰਨਦਾ ਆ ਉਹਨੂੰ ਹੀ ਪਤਾ ਹੁੰਦਾ ਆ। ਸੋ ਜਿਹੜੇ ਸਾਡੇ ਫੀਲਡ ਨੇ ਉਹਨਾਂ ਦੇ ਉੱਤੇ ਕਮੈਂਟ ਕਰਨ ਲੱਗਿਆ ਸੈਂਟੀਮੈਂਟ ਸਾਨੂੰ ਦੇਖਣਾ ਚਾਹੀਦਾ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਹੀ ਚਾਹੀਦਾ ਹੈਗਾ ਕਿ ਜਦੋਂ ਧਰਮ ਦੀ ਵਿਆਖਿਆ ਕਰਦੇ ਆ ਅਤੇ ਉੱਥੇ ਜੋ ਕੁਛ ਉਹਨਾਂ ਕੋਲੋਂ ਗਲਤ ਉਚਾਰਨ ਹੋ ਗਿਆ ਮੰਨ ਲਓ, ਅਤੇ ਉਹਦੀ ਖੁੱਲ੍ਹੇ ਦਿਲ ਨਾਲ ਪਰੰਪਰਾ ਹੈਗੀ ਆ ਕਿ ਉਹਦੀ ਭੁੱਲ ਚੁੱਕ ਦੀ ਖਿਮਾ ਲੈ ਲੈਣੀ ਚਾਹੀਦੀ ਆ। ਲੇਕਿਨ ਇਸ ਜਿਹੜੇ ਸਮਝਦੇ ਹਾਂ ਕਿ ਇੱਕ ਧਿਰ ਦੀ ਕਮੇਟੀ ਬਣਾ ਕੇ ਦੂਜੀ ਧਿਰ ਨੂੰ ਜਿਹੜਾ ਥੱਲੇ ਲਾਉਣ ਵਾਲਾ ਵੀ ਜਿਹੜਾ ਆ ਉਹ ਵੀ ਸਾਡੀ ਪਰੰਪਰਾ ਦੇ ਅਨੁਕੂਲ ਨਹੀਂ ਹੈਗਾ, ਉਹ ਬਰਾਬਰ ਮੌਕੇ 'ਤੇ ਨਿਰਪੱਖਤਾ ਦੇ ਨਾਲ ਹੋਣੇ ਚਾਹੀਦੇ ਆ। ਉਹਦੇ ਵਿੱਚ ਵੀ ਜਿਹੜੀ ਕਮੇਟੀ ਬਣਾਈ ਗਈ ਸਮਝਦੇ ਹਾਂ ਉਹਦੇ ਵਿੱਚ ਵੀ ਕਿਤੇ ਜਥੇਦਾਰ ਸਾਹਿਬ ਤੋਂ ਗਲਤੀ ਹੋਈ ਹੈ, ਉਹ ਇੱਕ ਧਿਰ ਦੇ ਨੁਮਾਇੰਦੇ ਆ ਜਿਹੜੇ ਲੈ ਕੇ ਦੂਜੀ ਧਿਰ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਜੇ ਪਿੰਡਾਂ 'ਚ ਵੀ ਲੜਾਈਆਂ ਹੋ ਜਾਂਦੀਆਂ ਸਾਡੀਆਂ ਭਾਈਚਾਰੇ ਦੀਆਂ ਅਤੇ ਸਾਲਸ ਲੈ ਜਾਂਦੇ ਆ, ਉੱਧਰ ਦੋਨੇ ਧਿਰਾਂ ਦੇ ਵਿੱਚੋਂ ਸਾਲਸ ਲੈ ਜਾਂਦੇ, ਜਿਹੜੇ ਦੋਨੇ ਧਿਰਾਂ ਨੂੰ ਮਨਜ਼ੂਰ ਹੋਣ ਉਹ ਹੋਣੇ ਚਾਹੀਦੇ ਆ। ਜੇ ਪੰਜ ਮੈਂਬਰੀ ਕਮੇਟੀ ਬਣਾਉਣੀ ਹੈ ਤਾਂ ਘੱਟੋ ਘੱਟ ਦੂਜੀ ਧਿਰ ਜਿਹਦੇ ਬਾਰੇ ਤੁਸੀਂ ਫੈਸਲਾ ਕਰਨਾ, ਜਿਹਦੇ ਭਵਿੱਖ ਬਾਰੇ ਫੈਸਲਾ ਕਰਨਾ, ਉਹਦੇ ਉਹਨੂੰ ਤੁਸੀਂ ਵਿਸ਼ਵਾਸ 'ਚ ਲੈਣਾ ਚਾਹੀਦਾ ਸੀ। ਇਹੀ ਕਾਰਨ ਹੈ ਕਿ ਮੇਰੇ ਕੋਲ ਲੱਗਦਾ ਜਿਹੜਾ ਢੱਡਰੀਆਂ ਵਾਲਾ ਜਿਹੜਾ ਪੇਸ਼ ਨਹੀਂ ਹੋਇਆ, ਅਤੇ ਢੱਡਰੀਆਂ ਵਾਲੇ ਨੇ ਅੱਜ ਜਿਹੜਾ ਜਿਹੜੇ ਉਹਨੇ ਇਸ਼ੂ ਉਠਾਏ ਨੇ ਉਹ ਮੂਲ ਰੂਪ ਵਿੱਚ ਉਹਨਾਂ ਦਾ ਜਵਾਬ ਦੇਣਾ ਚਾਹੀਦਾ, ਕਿਉਂਕਿ ਉਹਨਾਂ ਨੇ ਰਹਿਤ ਮਰਿਆਦਾ ਦਾ ਉਠਾਇਆ। ਰਹਿਤ ਮਰਿਆਦਾ ਵੀ ਅਕਾਲ ਤਖਤ ਦੀ ਰਹਿਤ ਮਰਿਆਦਾ, ਜਿਹਦੀ ਅਕਾਲ ਤਖਤ ਨੂੰ ਪੈਰਵਾਈ ਕਰਨੀ ਚਾਹੀਦੀ ਆ, ਅਤੇ ਉਹਨਾਂ ਦਾ ਇਸ਼ੂ ਹੈ ਉਹ, ਜਿਹੜੇ ਇਸ਼ੂ ਨੇ ਉਹ ਜਿਹੜੇ ਆ ਉਹ ਸਾਡੇ ਲਈ ਜ਼ਰੂਰੀ ਹੈ। ਮੈਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਜਿਹੜਾ ਹੈ ਜਥੇਦਾਰ ਸੋਚਣਗਾ, ਸਾਨੂੰ ਉਹਨਾਂ ਭਰੋਸਾ ਦਿੱਤਾ ਹੈਗਾ ਆ ਕਿ ਇਸ ਨੂੰ ਵੱਡੇ ਸੰਦਰਭ ਦੇ ਵਿੱਚ ਜਿਹੜਾ ਸਿੱਖ ਪੰਥ ਦੇ ਜਿਹੜੇ ਹਿਤੈਸ਼ੀ ਲੋਕ ਨੇ ਉਹਨਾਂ ਦੇ ਰਾਹੀਂ ਜਿਹੜਾ ਇਹ ਸੰਵਾਦ ਕੁ ਰਚਾਇਆ ਜਾਏਗਾ। ਅਤੇ ਕਿਉਂਕਿ ਜਿਸ ਤਰ੍ਹਾਂ ਇੱਕ ਧਿਰ ਤੁਲੀ ਹੋਈ ਹੈ ਦੂਸਰੇ ਧਿਰ ਨੂੰ, ਜਿਸ ਤਰ੍ਹਾਂ ਦੇ ਕਮੈਂਟ ਆ ਰਹੇ ਆ ਕਿ ਉਹਨਾਂ ਨੂੰ ਮਾਰਨ ਦੇ, ਥ੍ਰੈਟ ਕਰਨ ਦੇ, ਇਹ ਗੁਰੂ ਪਰੰਪਰਾ ਦਾ ਹਿੱਸਾ ਨਹੀਂ ਹੈਗੇ, ਨਾ ਹੀ ਸਿੱਖੀ ਵਾਸਤੇ ਠੀਕ ਹੈ। ਕਿਉਂਕਿ ਅੱਜ ਕੱਲ੍ਹ ਇਹ ਸਾਨੂੰ ਮੰਨਣਾ ਪਏਗਾ ਕਿ ਜਿਹੜਾ ਯੂਥ ਹੈ ਇਹ ਜਿਹੜੇ ਪਰੰਪਰਾਵਾਦੀ ਲੋਕ ਨੇ ਇਹ ਉਹਨਾਂ ਦੇ ਸਮਝਾਉਣ ਦੇ ਵੀ ਸਮਰੱਥ ਨਹੀਂ, ਉਹਨਾਂ ਦੇ ਪ੍ਰਸੰਗਿਕ ਪ੍ਰਚਾਰ ਨਹੀਂ ਰਿਹਾ, ਇਸ ਕਰਕੇ ਇਹਨਾਂ ਦੇ ਆਪਣੇ ਵੀ ਕਈ ਇੰਟਰਸਟ ਹੈਗੇ ਆ, ਅਤੇ ਉਹ ਗਲਤੀਆਂ ਦੋਨਾਂ ਧਿਰਾਂ ਤੋਂ ਹੋਈਆਂ ਨੇ। ਅਸੀਂ ਦੋਨਾਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਮਸਲਾ ਜਿਹੜਾ ਆ ਉਹ ਸਾਡੇ ਭਾਈਚਾਰੇ ਦਾ ਹੈ, ਸਾਡੀ ਵਿਰਾਸਤ ਦਾ ਹੈ, ਅਤੇ ਇਹਨਾਂ ਵਿੱਚ ਆਪਣੀ ਹਰ ਧਿਰ ਨੂੰ ਇੱਗੋ ਛੱਡਣੀ ਚਾਹੀਦੀ। ਇਹ ਸਨ ਸਰਦਾਰ ਖੁਸ਼ਹਾਲ ਸਿੰਘ ਜੀ, ਸਿੱਖ ਬੁੱਧੀਜੀਵੀ ਦੇ ਤੌਰ 'ਤੇ ਇਹਨਾਂ ਨੇ ਬੜੇ ਖੁੱਲ੍ਹ ਕੇ ਸਾਫ ਸ਼ਬਦਾਂ 'ਚ ਪਿਆ ਕਿ ਗੱਡੀਆਂ ਦੋਨੋਂ ਹੀ ਗਲਤ ਟਰੈਕ 'ਤੇ ਚੱਲੀ ਹੋਏ ਨੇ, ਦੋਨਾਂ ਨੂੰ ਸਿੱਧੇ ਹੋਣ ਦੀ ਲੋੜ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਪੈਰਵੀ ਕਰ ਰਹੇ ਨੇ ਉਸ ਗੁਰੂ ਮਰਿਆਦਾ ਦੀ ਜਿਹੜੀ ਕਿ ਜ਼ਿੰਮੇਵਾਰੀ ਬਣਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਆਪਣੀ ਇਸ ਜ਼ਿੰਮੇਵਾਰੀ ਨੂੰ ਭੁੱਲ ਕੇ ਜੋ ਵਤੀਰਾ ਜੋ ਵਰਤਾਓ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ ਨਾਲ ਕਰ ਰਿਹਾ ਉਹ ਵੀ ਕਿਸੇ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਤੇ ਨਾਲ ਹੀ ਇਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਮਾਫ਼ੀ ਮੰਗ ਲੈਣ ਤਾਂ ਉਸ ਵਿੱਚ ਵੀ ਕੁਛ ਗਲਤ ਨਹੀਂ ਹੈ। ਸਿੱਖ ਕੌਮ ਨੂੰ, ਸਿੱਖ ਵਿਰਾਸਤ ਨੂੰ ਇਸ ਤਰ੍ਹਾਂ ਆਪਣੇ ਨਿੱਜੀ ਮੁਫਾਦ ਦੇ ਲਈ ਵਰਤਿਆ ਜਾਣਾ ਜਜ਼ਬਾਤੀ ਕਰਕੇ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਲਲਿਤ ਪਾਂਡੇ ਦੇ ਨਾਲ ਬਲਜੀਤ ਮਰਵਾਹਾ, ਵਰਲਡ ਪੰਜਾਬੀ, ਚੰਡੀਗੜ੍ਹ।